ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਅੱਜ ਦੇ ਮੌਸਮ ਦੀ ਸਭ ਤੋਂ ਪਹਿਲਾਂ ਜੇਕਰ ਆਪਾਂ ਲਾਈਵ ਸੈਟਲਾਈਟ ਤਸਵੀਰਾਂ ਦੇਖੀਏ ਇਹ ਸਵੇਰ 8:00 ਵਜੇ ਦੀਆਂ ਤਸਵੀਰਾਂ ਨੇ ਲਾਈਵ ਸੈਟਲਾਈਟ ਤਸਵੀਰ ਇਹਦੇ ਵਿੱਚ ਦਿਖਾਇਆ ਗਿਆ ਜੀ ਜਿਹੜਾ ਮਾਝੇ ਤੇ ਦੋਆਬੇ ਦੇ ਖੇਤਰ ਨੇ ਉਹਨਾਂ ਦੇ ਵਿੱਚ ਜ਼ਿਆਦਾ ਬੱਦਲ ਵਈ ਆ ਪੂਰਬੀ ਹਿੱਸਿਆਂ ਦੇ ਵਿੱਚ ਪੰਜਾਬ ਦੇ ਬੱਦਲ ਵਈ ਇਹਨਾਂ ਦੇ ਬਿਲਕੁਲ ਨਹੀਂ ਹੈਗੇ ਇਹਦੇ ਵਿੱਚ ਆnde ਜਿੱਦਾਂ ਲੁਧਿਆਣਾ ਚੰਡੀਗੜ੍ਹ ਰੋਪਨਗਰ ਪਤੇਗੜ ਸਾਹਿਬ ਮੋਹਾਲੀ ਪਟਿਆਲਾ ਤੇ ਬਰਨਾਲਾ ਇਹਨਾਂ ਦੇ ਵਿੱਚ ਬੱਦਲ ਬਈ ਜਿਹੜੀ ਹੈ ਨਹੀਂ ਮੌਸਮ ਬਿਲਕੁਲ ਸਾਫ ਆ ਪਰ ਪੱਛਮੀ ਮਾਲਵੇ ਦੇ ਖੇਤਰਾ ਜਿਹੜੇ ਫਿਰੋਜ਼ਪੁਰ ਫਰੀਦਕੋਟ ਮੋਗਾ ਬਠਿੰਡਾ ਮੁਕਸਰ ਇਹਨਾਂ ਦੇ ਵਿੱਚ ਹਲਕੀ ਬੁਲਕੀ ਬੱਦਲ ਬਈ ਜਿਹੜੀ ਦਿਖਾਈ ਗਈ ਹੈ ਜੀ ਸੋ ਹੁਣ ਆਪਾਂ ਦੇਖਾਂਗੇ ਕਿ ਇਹ ਮੌਸਮ ਅੱਗੇ ਜਾ ਕੇ ਪੂਰੇ ਦਿਨ ਦੇ ਵਿੱਚ ਕਿਦਾਂ ਦਾ ਰਹੂਗਾ ਸੋ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਦੁਆਬੇ ਦੀ ਇਹਦੇ ਵਿੱਚ ਆਉਂਦੇ ਨੇਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਕਬੂਰਤਲਾ ਤੇ ਜਲੰਧਰ ਇਹਨਾਂ ਦੇ ਵਿੱਚ ਜੇਕਰ ਅੱਜ ਦਾ ਮੌਸਮ ਦੇਖੀਏ ਤੇ ਇਹਨਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਅੱਜ ਬੰਦਲਬਈ ਰਹੂਗੀ ਤੇ ਮੀਂਹ ਪੈਣ ਦੇ 50% ਚਾਂਸ ਨੇ ਕਿਉਂਕਿ ਜਿਹੜੇ ਕਿ ਸਿਸਟਮ ਉਹ ਗੁਜਰਾਤ ਵੱਲੋਂ ਚੱਲਿਆ ਹੋਇਆ ਹੈ ਜਿਹੜਾ ਗੁਜਰਾਤ ਵੱਲ ਮੀਂਹ ਪੈ ਰਿਹਾ ਉਹ ਜਦੋਂ ਹੀ ਪੰਜਾਬ ਦੇ ਵਿੱਚ ਐਂਟਰ ਕਰੂਗਾ ਤਾਂ ਸਾਰੇ ਹੀ ਖੇਤਰਾਂ ਦੇ ਵਿੱਚ ਮਾਝੇ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਮੀਂਹ ਆ ਸਕਦੇ ਦੀ 50% ਦਾ ਚਾਂਸ ਨਹੀਂ ਪਰ ਬੱਦਲ ਵਾਈ ਉਹ ਰਹੂਗੀ ਹੀ ਰਹੂਗੀ ਤੇਜ਼ ਹਵਾਵਾਂ ਚੱਲਣਗੀਆਂ ਇਸ ਤੋਂ ਬਾਅਦ ਜੇਕਰ ਆਪਾਂ ਕਹ ਲਗਰੀਏ ਮਾਚੇ ਦੀ ਇਹਦੇ ਵਿੱਚ ਹੁੰਦਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਤਾਂ ਇਹ ਚ ਜਿਹੜਾ ਪਠਾਨਕੋਟ ਤੇ ਗੁਰਦਾਸਪੁਰ ਆ ਇਹਨਾਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋਣ ਲੱਗ ਪਏ ਸਾਢੇ 9 ਵਜੇ ਤੱਕੀਬ ਇਹਨਾਂ ਚ ਜਿਹੜਾ ਉਹ ਤੁਹਾਨੂੰ ਸਿਸਟਮ ਦੱਸਿਓ ਐਂਟਰ ਕਰੂਗਾ ਤੇ ਸਾਢੇ 11 ਵਜੇ ਤੱਕ ਇੱਥੋਂ ਜਿਹੜਾ ਮੌਸਮਾ ਉਹ ਥੋੜਾ ਬਹੁਤ ਸਾਫ ਹੋਊਗਾ ਪਰ ਕੁਝ ਕਿ ਲਾਕਾਂ ਦੇ ਵਿੱਚ ਮੀਂਹ ਜਾਰੀ ਰਹੂਗਾ ਬੱਦਲਬਈ ਦਾ ਬਣੀ ਹੀ ਰਹੇਗੀ ਜੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬੱਦਲਬਈ ਇਹਨਾਂ ਲਾਕਾਂ ਦੇ ਵਿੱਚ ਪੂਰਾ ਦਿਨ ਬਣੀ ਰਹੇਗੀ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਅੰਬਰਸਰ ਤੇ ਤਰਨਤਾਰਨ ਉੱਥੇ ਮੀਂਹ ਦੇ ਚਾਂਸ ਬਹੁਤ ਜ਼ਿਆਦਾ ਘਟ ਨੇ ਉੱਥੇ ਸਿਰਫ ਬੱਦਲਬਈ ਰਹੇਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੱਛਮੀ ਮਾਲਵੇ ਦੀ ਜੇਕਰ ਇਹ ਦੇਖਿਆ ਵੇ ਤੇ ਇਹਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਤੇ ਪਟੰਨਾ ਇਹ ਇਲਾਕੇ ਹੁੰਦੇ ਨੇ ਜੀ ਫਿਰੋਜ਼ਪੁਰ ਤੇ ਮੋਗਾ ਦੇ ਵਿੱਚ ਅੱਜ ਬਹੁਤ ਘੱਟ ਜਾਨੀ ਕਿ ਨਾਂ ਦੇ ਬਰਾਬਰ ਹੀ ਚਾਂਸ ਨੇ ਮੀਂਹ ਪੈਣ ਦੇ 25% ਤੱਕ ਚਾਂਸ ਨੇ ਤੇ ਬਾਕੀ ਇਲਾਕੇ ਨੇ ਉਹ ਜਿਹੜੇ ਬਿਲਕੁਲ ਹੀ ਸੁੱਕੇ ਰਹਿਣਗੇ ਪਰ ਇੱਥੇ ਹਲਕੀ ਫੁਲਕੀ ਬੱਦਲਵਾਈ ਹੋ ਸਕਦੀ ਹੈ ਦਿਨ ਦੇ ਕਿਸੇ ਵੀ ਟਾਈਮ ਸੋ ਇਹਨਾਂ ਇਲਾਕਿਆਂ ਉੱਤਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਇਲਾਕੇ ਬਿਲਕੁਲ ਹੀ ਸੁੱਕੇ ਰਹਿਣਗੇ ਪਰ ਤੇਜ਼ ਹਵਾਵਾਂ ਮੈਂ ਠੰਡੀ ਹਵਾ ਆਊਗੀ ਤੇ ਨਾਲ ਹੀ ਇਹ ਵੀ ਹੈ ਕਿ ਜਿਹੜਾ ਪੱਛਮੀ ਵਾਅਦ ਜਣੀ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਇਹਨਾਂ ਇਲਾਕਿਆਂ ਨੂੰ ਤੇ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਅੱਜ ਜਿਹੜਾ ਬਿਲਕੁਲ ਵੀ ਮੀਂਹ ਦੇ ਦੂਰ ਦੂਰ ਤੱਕ ਅਸਰ ਨਹੀਂ ਹੈ ਕਿਤਰੇ ਨੇੜੇ ਬਿਲਕੁਲ ਹੀ ਸੁੱਕੇ ਰਹਿਣਗੇ ਇਹਨਾਂ ਦੇ ਵਿੱਚ ਹਲਕੀ ਬੁਲਕੀ ਬੱਦਲ ਵਈ ਦੇਖਣ ਨੂੰ ਮਿਲ ਸਕਦੀ ਆ ਉਹ ਵੀ ਸਵੇਰ ਦੇ ਟਾਈਮ ਤੱਕ ਜਾਨੀ ਕਿ 10:30 11 ਵਜੇ ਤੱਕ ਇਸ ਤੋਂ ਬਾਅਦ ਵੀ ਖਤਮ ਹੋ ਜਾਊਗੀ ਤੇ ਮੀਂਹ ਤਾਂ ਇਹ ਬਿਲਕੁਲ ਵੀ ਅਸਰ ਨਹੀਂ ਹੈਗੇ ਇਨਾਂ ਖੇਤਰਾਂ ਦੇ ਵਿੱਚ